ਜਲ੍ਹਿਆਂਵਾਲਾ ਬਾਗ ਕੇਂਦਰ ਸਰਕਾਰ ਵੱਲੋਂ 2 ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਲ੍ਹਿਆਂਵਾਲੇ ਬਾਗ ਵਿੱਚ ਨਵੀਨਕਰਨ ਹੋਣ ਕਾਰਨ ਇਸ ਨੂੰ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ। ਇਸ ਸੰਬੰਧੀ ਇਤਿਹਾਸਕ ਗਲੀ ਦੇ ਬਾਹਰ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਬੋਰਡ ਦੇ ਲੱਗਣ ਤੋਂ ਬਾਅਦ ਸੈਲਾਨੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਦੇ ਨਾਲ ਇਸ 'ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ। ਜਿਹੜਾ ਜਲ੍ਹਿਆਂਵਾਲਾ ਦਾ ਮੇਨ ਗੇਟ ਬੰਦ ਹੋਣ ਨਾਲ ਇੱਥੇ ਟੂਰਿਜ਼ਮ 'ਤੇ ਬਹੁਤ ਫਰਕ ਪਏਗਾ। ਐਕਚੁਅਲੀ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਨਿਰਾਸ਼ ਹੋ ਕੇ ਜਾਂਦੇ ਨੇ ਕਿ ਹਾਂਜੀ ਜਲ੍ਹਿਆਂਵਾਲਾ ਬੰਦ ਹੈ। ਇੱਕ ਇੱਥੇ ਇੱਕ ਕਾਫੀ ਲੋਕਾਂ ਨੂੰ ਉਮੀਦ ਹੁੰਦੀ ਕਿ ਇੱਥੇ ਆਵਾਂਗੇ ਜਲ੍ਹਿਆਂਵਾਲਾ ਬਾਗ ਦੇਖਾਂਗੇ, ਗੋਲਡਨ ਟੈਂਪਲ ਦੇਖਾਂਗੇ। ਸਿਰਫ ਹੁਣ ਲੋਕ ਗੋਲਡਨ ਟੈਂਪਲ ਤੱਕ ਹੀ ਸੀਮਿਤ ਰਹਿ ਗਏ ਨੇ। ਜਲ੍ਹਿਆਂਵਾਲਾ ਬਾਗ ਜਦੋਂ ਆਉਂਦੇ ਨੇ ਇੱਥੇ ਇੱਕ ਬੋਰਡ ਪੜ੍ਹਦੇ ਨੇ, ਕਈਆਂ ਨੂੰ ਉਹਦਾ ਮਤਲਬ ਸਮਝ ਆਉਂਦਾ, ਕਈ ਦੂਜੇ ਦੀ ਗੱਲਾਂ ਸੁਣ ਕੇ ਅੱਗੇ ਪਿੱਛੇ ਹੋ ਜਾਂਦੇ ਨੇ ਕਿ ਬੰਦ ਨੇ। ਔਰ ਇਹ ਟਾਈਮ ਡਿਊਰੇਸ਼ਨ ਜਿਹੜਾ 2 ਮਹੀਨਿਆਂ ਦਾ ਜਿਹੜਾ ਨਾ ਦਿੱਤਾ, ਕਾਫੀ ਜ਼ਿਆਦਾ ਦੇ ਦਿੱਤਾ, ਕਿਉਂਕਿ 2 ਮਹੀਨੇ ਬਹੁਤ ਜ਼ਿਆਦਾ ਹੁੰਦੇ। ਇਹ ਪੈਰਲਲੀ ਬੰਦ ਕੀਤਾ ਜਾ ਸਕਦਾ, ਇਹਦੇ 2 ਗੇਟ ਨੇ, ਇੱਕ ਇਸ ਬਾਜ਼ਾਰ 'ਚ ਹੈ, ਇੱਕ ਪਿਛਲੇ ਬਾਜ਼ਾਰ 'ਚ ਹੈ। ਲੋਕਾਂ ਵਾਸਤੇ ਉਹ ਖੋਲ੍ਹਿਆ ਜਾ ਸਕਦਾ ਸੀ ਤਾਂ ਕਿ ਲੋਕ ਅੰਦਰ ਜਾ ਕੇ ਦੇਖ ਸਕਣ। ਅਸੀਂ ਇਹ ਨਹੀਂ ਚਾਹੁੰਦੇ ਕਿ ਸਾਨੂੰ 2 ਮਹੀਨੇ ਉਸੇ ਬੰਦ ਕੀਤਾ ਜਾਏ। ਇਹਦਾ ਬਿਜ਼ਨਸ 'ਤੇ ਵੀ ਬਹੁਤ ਫਰਕ ਪਏਗਾ ਅਤੇ ਦੁਕਾਨਦਾਰਾਂ ਦੀ ਸੇਲ ਵੀ ਘਟੇਗੀ, ਹਰ ਚੀਜ਼ 'ਤੇ ਫਰਕ ਪਏਗਾ ਹੀ ਪਏਗਾ। ਔਰ ਅਸੀਂ ਚਾਹੁੰਦੇ ਕਿ ਸਰਕਾਰ ਨੂੰ ਇਸ 'ਤੇ ਪ੍ਰੋਪਰਲੀ ਕਦਮ ਉਠਾਉਣੇ ਚਾਹੀਦੇ ਕਿ ਹਾਂ ਵੀ ਇਹਨਾਂ ਦੇ ਆਪਣੇ ਬੰਦਿਆਂ ਦੀ ਦੇਖ ਰੇਖ ਦੇ ਵਿੱਚ ਕੰਮ ਕਰਾਉਣਾ ਚਾਹੀਦਾ ਕਿ ਕਿਹੜਾ ਰਸਤਾ ਬੰਦ ਕੀਤਾ ਜਾਏ, ਕਿਹੜਾ ਖੁੱਲ੍ਹਿਆ ਜਾਵੇ, ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਔਰ ਲੋਕ ਇੱਥੇ ਆਉਣ ਅਤੇ ਅੰਮ੍ਰਿਤਸਰ ਦੇ ਵਿੱਚ ਆ ਕੇ ਆਪਣਾ ਆਪਣੀ ਜਿਹੜੀ ਛੁੱਟੀਆਂ ਤਰੀਕੇ ਨਾਲ ਪ੍ਰੋਪਰ ਨਾਲ ਇੰਜੋਏ ਕਰ ਸਕਣ।